ਸੋਸ਼ਲ ਦੋਸਤੋ ਦੋਸਤੋ ਅੱਜ ਮੈਂ ਬੇਬੇ ਨਾਲ ਨਵੀਂ ਵੀਡੀਓ ਲੈ ਕੇ ਆਇਆ ਬੇਬੇ ਸੁਣਾਓ ਇੱਕ ਪਹਿਨਾ ਜੱਟ ਦੀ ਧੀ ਸੀ ਬਾਜਰਾ ਘਾਰਦੀ ਹੁੰਦੀ ਮਨੇ ਤੇ ਅੱਗੇ ਮਨੇ ਹੁੰਦੇ ਅੱਛਾ ਇਹ ਜਦੋਂ ਬਾਜਰੇ ਦੀ ਰੱਖੀ ਰੱਖਦੀ ਹੁੰਦੀ ਭਈ ਫਿਰਦਾ ਤੁਰਦਾ ਰਾਜੇ ਦਾ ਫੱਟਾ ਆ ਗਿਆ ਆਇਆ ਹੋਇਆ ਉਹ ਉਹ ਕੁੜੀ ਨੂੰ ਸੰਝ ਮਾਰਿਆ ਪੜਾਕਾ ਨੇ ਉਹ ਕੁੜੀ ਕਹਿੰਦੀ ਸੁਣ ਵੇ ਮੁੰਡਿਆ ਰਾਜੇ ਦਾ ਮੁੰਡਾ ਤਾਂ ਵੀ ਤੇਰਾ ਹੋਵੇ ਹੋਵੇ ਮੇਰੀ ਕੁੱਖ ਦਾ ਮੈਂ ਤੈਥੋਂ ਚੱਕੀ ਪਿਆਮਾ ਉਹ ਕਹਿੰਦਾ ਸੋਹਣੀ ਕੁੜੀਏ ਜੱਟਾਂ ਦੀ ਤੇ ਮੈਂ ਤੇਰੇ ਨਾਲ ਵਿਆਹ ਕਰਾਵਾਂ ਦੋ ਲਾਂਵਾਂ ਲਾਂਵਾਂ ਦੋ ਲਵੇਂ ਨਾ ਭਾਈ ਉੱਥੋਂ ਜਦੋਂ ਉਹਨਾਂ ਦੀ ਆਪ ਵਿਚਰੀ ਨੀਨੇ ਠੋਕਾ ਹੋਗੀ ਹੂੰ ਭਾਈ ਛੋੜੀ ਛੋੜੀ ਜਾ ਕੇ ਰਾਜੇ ਦੇ ਪੁੱਤ ਨੇ ਤਾਂ ਆਪਣੇ ਪਿਓ ਨੂੰ ਦੱਸਿਆ ਵੀ ਮੈਂ ਤਾਂ ਫਲਾਣੇ ਜੱਟਾਂ ਦੀ ਕੁੜੀ ਨਾਲ ਵਿਆਹ ਕਰਾਉਂ ਤੇ ਵੀ ਤੂੰ ਇਹ ਕੰਮ ਕਰ ਪੂਰੀ ਪਈ ਉਹ ਕਹਿੰਦਾ ਆਪਾ ਰਾਜੇ ਉਹ ਜੱਟ ਆਪਣਾ ਮੇਲ ਨਹੀਂ ਬੈਠਣਾ ਕਹਿੰਦਾ ਨਾ ਜੀ ਇਹ ਭਾਈ ਉੱਥੋਂ ਵਜ਼ੀਰ ਛੱਦ ਲਿਆ ਵਜ਼ੀਰ ਸਿਆਣੇ ਹੁੰਦੇ ਨੇ ਵਜ਼ੀਰ ਕਹਿੰਦਾ ਮੈਂ ਜ਼ਿਮੀਂਦਾਰ ਕੋਲੇ ਜਾਇਆ ਨਾ ਭਾਈ ਜ਼ਿਮੀਂਦਾਰ ਕੋਲੇ ਵਾਗ ਗਿਆ ਗਿਆ ਹੋਇਆ ਜ਼ਿਮੀਂਦਾਰ ਨੂੰ ਕਹਿੰਦਾ ਵੀ ਤੈਨੂੰ ਰਾਜੇ ਨੇ ਬੁਲਾਇਆ ਹੋਰ ਨੀ ਉਹਨੇ ਕੁਝ ਕਿਹਾ ਵੀ ਰਾਜੇ ਨੇ ਬੁਲਾਇਆ ਕੋਈ ਕੰਮ ਹੈ ਭਾਈ ਕਹਿੰਦਾ ਵਾਗ ਜੂਗਾ ਦੋ ਚਾਰ ਦਿਨ ਤਾ ਭਾਈ ਜ਼ਿਮੀਂਦਾਰ ਨੇ ਲਖਾਇਆ ਦੋ ਚਾਰ ਦਿਨ ਆਵਾਦੋ ਦੇਕਰਾਂ ਵਾਲੀ ਕਹਿੰਦੀ ਕਹਿੰਦੀ ਰਾਜੇ ਨੇ ਸੱਦਿਆ ਤੀ ਤੂੰ ਗਿਆ ਨਹੀਂ ਕੋਈ ਕੰਮ ਸੌ ਤਰ੍ਹਾਂ ਦਾ ਹੁੰਦਾ ਇਹ ਕਹਣਾ ਫਿਰ ਬਾਗ ਜਾਣਾ ਫਹੀ ਬਾਗ ਗਿਆ ਜਾ ਕੇ ਅੱਗੇ ਰਾਜੇ ਦੀਆਂ ਕਚਹਿਰੀਆਂ ਲੱਗਦੀਆਂ ਹੁੰਦੀਆਂ ਕਚਹਿਰੀ 'ਚ ਮਾਗਰਲੇ ਪਾਸੇ ਜਾ ਬੈਠਾ ਸਾਰੀ ਦੁਨੀਆ ਤੋਂ ਮਾਗਰ ਜੀ ਜਦੋਂ ਜਾ ਬਠਾ ਰਾਜਾ ਕਹਿੰਦਾ ਵੀ ਉਹ ਬੰਦੇ ਨੂੰ ਲਿਆਓ ਜਿਹੜਾ ਮਾਗਰ ਜੀ ਇੱਠਾ ਸਾਰਿਆਂ ਤੋਂ ਅਸੀਂ ਭਾਈ ਲੈੰਦਾ ਠਾ ਲੈੰਦਾ ਵਜ਼ੀਰ ਨੇ ਕਹਿੰਦਾ ਆਜੋ ਜੀ ਕਰੋ ਗੱਲ ਭਾਈ ਥਵਨ ਦੇ ਜੀਮੀਦਾਰ ਖੜ ਗਿਆ ਵੀ ਦੱਸੋ ਜੀ ਕੀ ਗੱਲ ਐ ਹੂੰ ਕਹਿੰਦਾ ਭਾਈ ਮੇਰਾ ਲਟਕਾ ਤੇਰੀ ਲਟਕੀ ਨਾਲ ਸਾਦੀ ਕਰਾਉਣ ਨੂੰ ਕਹਿੰਦਾ ਅੱਛਾ ਜੀ ਭਾਈ ਉੱਥੋਂ ਵਿਚਾਰਾ ਉਹ ਕਹਿੰਦਾ ਮੈਂ ਘਰੇ ਸਲਾਹ ਕਰਕੇ ਦੱਸਾਂ ਵੀ ਰਾਈ ਕਰਕੇ ਦੱਸੋ ਹੁਣ ਮੈਂ ਤਾਂ ਦੱਸ ਨਹੀਂ ਸਕਦਾ ਹੂੰ ਚੱਲ ਭਾਈ ਘਰੇ ਆ ਕੇ ਫੇਰ ਬਹਿ ਗਿਆ ਤਾਂ ਕੋਲੇ ਨਾ ਲੱਗ ਕੇ ਵੀ ਬੜਾ ਲੋੜਾ ਆ ਉਹ ਰਾਜੇ ਆਪਾਂ ਜੀ ਜੀਮੀਦਾਰਾਂ ਗਰੀਬ ਆਪਾਂ ਕੀ ਦੇ ਸਕਦਾ ਰਾਜੇ ਨੇ ਆਪਣਾ ਕੀ ਮੇਲ ਹੈ ਹੂੰ ਹੇ ਜਦਾਂ ਬੈਠ ਬਹਿ ਗਿਆ ਉਹ ਤੇ ਘਰ ਵਾਲੀ ਕਹਿੰਦੀ ਤੂੰ ਅੱਜ ਰਾਜੇ ਨੇ ਸੱਦਿਆ ਤੀ ਤੈ ਕੋਈ ਗੱਲ ਹੀ ਨਾ ਦੱਸੀ ਜਾ ਕੇ ਕਹਿੰਦਾ ਗੱਲ ਕੀ ਦੱਸਾਂ ਐ ਕਰਕੇ ਆਪਣੀ ਤਾਂ ਕੁੜੀ ਦਾ ਰਿਸ਼ਤਾ ਮੰਗ ਰਿਹਾ ਰਾਜਾ ਕਹਿੰਦੀ ਫੋਟ ਜਾਏ ਖਾਣਾ ਜਦੋਂ ਰਾਜਾ ਸਾਖ ਮੰਗਦਾ ਆਪਾਂ ਨੇ ਕੀ ਲੈਣਾ ਕਹਿੰਦੀ ਕਰਦੇ ਭਾਈ ਜਾ ਕੇ ਪੰਜ ਚਾਰ ਦਿਨਾਂ ਬਾਅਦ ਕਿਹਾ ਆ ਕਹਿੰਦਾ ਜੀ ਕੋਈ ਨਹੀਂ ਸਾਖ ਪੱਕਾ ਰਿhta ਤੇ ਦੈਨ ਕਢਾ ਲੋ ਵੀ ਵਿਆਹ ਧਰ ਲੋ ਭਈ ਵਿਆਹ ਧਰ ਲਿਆ ਧਰਿਆ ਵਿਆਹ ਭਾਈ ਰਾਜੇ ਦੀ ਤਾਂ ਹੁਣ ਜਨ ਗਾਉਣ ਵਜਾਉਣ ਲਾ ਕੇ ਆ ਗਈ ਜੱਟ ਦੇ ਘਰੇ ਜਦੋਂ ਆ ਗਈ ਉਸੇ ਗੱਲ ਜਦੋਂ ਦੋ ਲਾਵਾਂ ਹੋ ਗਈਆਂ ਭਾਈ ਉਹ ਤਾਂ ਕਹਿੰਦਾ ਮੇਰੇ ਤਾਂ ਕਿਹੜਾ ਉੱਠੇ ਮੈਂ ਤਾਂ ਖੜ ਨਹੀਂ ਸਕਦਾ ਬਥੇਰਾ ਕਹਿਆ ਸਾਰਿਆਂ ਨੇ ਵੀ ਦੋ ਤਾਂ ਹੋ ਗਈਆਂ ਭਾਈ ਦੋ ਰਹਿ ਗਈਆਂ ਚਲ ਫੇਰ ਤੂੰ ਕਿਤੇ ਤੁਰਿਆ ਫਿਰਿ ਚਾਰ ਲਾਵਾਂ ਹੰਗਾਂ ਤੋਂ ਬਾਅਦ ਕਹਿੰਦਾ ਨਾ ਜੀ ਹੁਣ ਤਾਂ ਮੈਂ ਇੱਕ ਸਕਿੰਟ ਵੀ ਨਹੀਂ ਖੜ ਸਕਦਾ ਭਾਈ ਆ ਕੇ ਬਾਰੇ ਲਾ ਕੇ ਕੋਡੇ ਤੇ ਡੀ ਬਹ ਵੀਟ ਗਿਆ ਤਾਂ ਹੂੰ ਮਿਸਰ ਸਹਰ ਜਾ ਵੜਿਆ ਅਛਾ ਉੱਥੇ ਉਹ ਤਾਂ ਜਾ ਕੇ ਰਾਜਾ ਬਣ ਗਿਆ ਹੂੰ ਉਹ ਵਿਚਾਰੀ ਬੈਠੀ ਬਿੰਦ ਬੈਠੀ ਝੱਟ ਬੈਠੀ ਉਹਨੂੰ ਬੋਲਣਾ ਪਿਆ ਕੁੜੀ ਨੂੰ ਕੁੜੀ ਕਹਿੰਦੀ ਸੁਣੋ ਮੇਰੇ ਮਾਪਿਓ ਸੁਣੋ ਮੇਰੇ ਪਿਓ ਦੋ ਲਾਮਾ ਲੈ ਲਿਆਂ ਤਾਂ ਵੀ ਮੈਂ ਵਿਆਹੀ ਗਈ ਚਾਰ ਲੈ ਲੈਂਦਾ ਤਾਂ ਵੀ ਵਿਆਹੀ ਜਾਂਦੀ ਵੀ ਇੱਥੋਂ ਤੁਸੀਂ ਹੁਣ ਮੈਨੂੰ ਠਾਓ ਠਾ ਕੇ ਤੇ ਮੈਨੂੰ ਰੱਖਿਓ ਨਾ ਮੈਨੂੰ ਤੋੜ ਦਿਓ ਅੱਜ ਭਾਈ ਉਹੀ ਗੱਲ ਉਹਨਾਂ ਨੇ ਤਾਂ ਭਾਈ ਕੁੜੀ ਨੰਦਾਂ ਤੋਂ ਉਠਾਤੀ ਉਹ ਰੋਣ ਪਿੱਟਣ ਪਏ ਗਿਆ ਵੀ ਗੱਲ ਕੀ ਐ ਦੋ ਲਾਂ ਮੇ ਹੀ ਲੀਆਂ ਨੇ ਦੋ ਰਹਿ ਗਈਆਂ ਹੂੰ ਚੱਲ ਭਾਈ ਕੁੜੀ ਵਿਦਾ ਕਰਤੀ ਪੇਕੇ ਨੇ ਹੋ ਤਾਂ ਪੇਕੇਆਂ ਦਾ ਵੀ ਜੀ ਖਰਾਬ ਹੋ ਗਿਆ ਸਵਰਿਆਂ ਦਾ ਵੀ ਗਿਆ ਸਵਰਿਆਂ ਨੂੰ ਕਿਹੜੇ ਵਿਚਲੀ ਛਟੋਰੀ ਦਾ ਪਤਾ ਤੀ ਹੂੰ ਚੱਲ ਭਾਈ ਕੁੜੀ ਤੋਰਤੀ ਗਾਹ ਨਣਦ ਨੇ ਪੱਲਾ ਹੜ ਕੇ ਕੁੜੀ ਤਾਰ ਲਈ ਤਾਰੇ ਹੋਈ ਲਾਗੀਆਂ ਕਰਨ ਬੁੜੀਆਂ ਠੇਰੀਆਂ ਕਿੱਥੋਂ ਟਿਕਦੀਆਂ ਨੇ ਗਏ ਕਰਦੀ ਐ ਇਹ ਸਾਡਾ ਮੰਡਾ ਕੱਟਤਾ ਤੋ ਤੇ ਵਾਰਾਂ ਲੱਗ ਗਈ ਆ ਸਾਡਾ ਮੁੰਡਾ ਕੱਢਤਾ ਭਾਈ ਉਹ ਵੀ ਕੋਈ ਚੁੱਪ ਵੱਲ ਨਹੀਂ ਨਾ ਕਰੀ ਵੀ ਆਪਣੀ ਬਰਾਬਰੀ ਇਹਨਾਂ ਨਾਲ ਕਹੀ ਆ ਉਹਦੇ ਨਾਲ ਤੀ ਚੱਲ ਭਾਈ ਹੁੰਦੀ ਹੈ ਬਹੁੰਦੀ ਆ ਦੇ 9 ਮਹੀਨੇ ਪਿੱਛੋਂ ਮੁੰਡਾ ਹੋ ਗਿਆ ਉਹਦਾ ਨੋਤਾ ਤੇ ਨਸਲ ਤੀ ਉਹਨੇ ਡੂਡ ਸੈਲ ਧਰ ਲਿਆ ਭਾਈ ਮੁੰਡਾ 5 ਸਾਲ ਦਾ ਹੋਇਆ ਨੇ ਸਕੂਲਾਤਾ ਪੇਕੀ ਨਾ ਹੋਈ ਮੁੜ ਕੇ ਜਦੋਂ ਆਈ ਨਾ 5 ਸਾਲ ਦਾ ਹੋਇਆ ਸਕੂਲਾਤਾ ਜਦੋਂ ਉਹ ਮੁੰਡਾ ਸਮਝ ਜਿਹੜਾ ਹੋ ਗਿਆ ਆਈ ਮੁੰਡੇ ਨੂੰ ਬਾਹਰੇ ਤਾਂ ਜਵਾਕ ਹੀ ਨਾ ਜਾਣਦਿਆ ਕਰਨ ਕਹਿੰਦੇ ਕਿ ਤੇਰਾ ਪਿਓ ਕਿਹੜਾ ਹੂੰ ਨਹੀਂ ਮੁੰਡਾ ਹਾਨੀ ਦੇ ਦਰਜੇ ਨੂੰ ਪੰਜ ਚਾਰ ਦਿਨ ਤਾਂ ਜਵਾਕਾਂ ਨੇ ਘੇਰਿਆ ਘਰ ਆ ਕੇ ਦੱਸਿਆ ਨਾ ਕਰੀ ਇੱਕ ਦਿਨ ਫਿਰ ਕਹਿੰਦਾ ਬੀਬੀ ਤੈਨੂੰ ਗੱਲ ਪੁੱਛਾਂ ਕਹਿੰਦੀ ਪੁੱਛ ਭਾਈ ਕੀ ਪੁੱਛੇਗਾ ਕਹਿੰਦਾ ਕਿ ਜਵਾਕ ਮੈਨੂੰ ਕਹਿੰਦਾ ਲੰਘਣ ਨਹੀਂ ਦਿੰਦੇ ਆ ਕਿ ਘੇਰ ਲੈਂਦੇ ਨੇ ਵੀ ਤੇਰਾ ਪਿਓ ਕਿਹੜਾ ਹੂੰ ਕਹਿੰਦਾ ਕਹਿੰਦੀ ਪਿਓ ਵਾਰਾ ਨਹੀਂ ਤੂੰ ਹਗਾ ਪਿਓ ਤਾਂ ਤੇਰੇ ਹੈਗਾ ਭਾਈ ਤੇ ਪਰ ਕਹਿੰਦੀ ਮੈਂ ਤਾਂ ਜੱਟ ਦੀ ਤੀਤੀ ਉਹ ਰਾਜੀ ਦਾ ਪੁੱਤ ਹੈ ਕਹਿੰਦੀ ਸਾਡਾ ਤਾਂ ਆਪ ਵਿੱਚ ਦੀ ਕਹਿੰਦੀ ਨੋ ਘਾ ਟੋਕੀ ਹੋਈ ਵੀ ਹੈ ਉਹ ਮੈਨੂੰ ਦੋ ਲਾਵਾਂ ਲੈ ਕੇ ਛੱਡ ਗਿਆ ਮੈਂ ਉਹਨੂੰ ਕਹਤਾ ਵੀ ਜੇ ਮੇਰੇ ਪੁੱਤ ਹੋ ਗਿਆ ਮੈਂ ਤੇ ਇੱਥੇ ਚੱਕੀ ਪੇ ਹਾਂ ਕਹਿੰਦੀ ਤੂੰ ਹੋਣ ਨਾ ਮੈਂ ਇਥੋਂ ਸਾਰੀ ਸਟੋਰੀ ਸੁਣੀ ਆਥਣੇ ਜਦੋਂ ਤੇਰਾ ਦਾਦਾ ਦਾਦੀ ਵਹਿ ਗਿਆ ਤੇਰੀਆਂ ਭੂਆ ਵਹਿ ਗਈਆਂ ਉਦੋਂ ਗੱਲ ਛੇੜੀ ਪੁੱਤ ਸੈਨਾ ਕਸਮਝਾਤਾ ਉਹਨੇ ਮੁੰਡੇ ਨੂੰ ਕਹਿੰਦਾ ਚੰਗਾ ਪਈ ਹੋਈ ਆ ਆਥਣੇ ਜਦੋਂ ਸਾਰਾ ਟੱਬਰ ਬਹਿ ਗਿਆ ਕਹਿੰਦਾ ਮੰਮੀ ਤੈਨੂੰ ਗੱਲ ਪੁੱਛਾਂਕ ਕਹਿੰਦੀ ਪੁੱਛ ਲੈ ਪੁੱਤ ਕੀ ਪੁੱਛੇਂਗਾ ਕਹਦਾ ਕਿ ਮੈਨੂੰ ਜਵਾਕ ਘਨੀਲਾ ਖਾਣ ਦੇ ਕੇ ਕਹਿ ਦਿੰਦੇ ਨੇ ਤੇਰਾ ਪਿਓ ਕਿਹੜਾ ਕਹਿੰਦੀ ਪਿਓ ਤਾਂ ਤੇਰਾ ਪੁੱਤ ਹੈਗਾ ਤੈਨ ਸਹਲਾ ਤੇਰਾ ਪਿਓ ਤਾਂ ਇਹ ਮੈਂ ਜੱਟ ਦੀ ਧੀ ਸੀ ਮੈਂ ਬਾਜਰਾ ਲਲ ਕਰਦੀ ਹੁੰਦੀ ਚਿੜੀਆਂ ਉਹ ਉੱਥੇ ਜਾਂਦਾ ਹੁੰਦਾ ਸੀ ਕਹਿੰਦੀ ਉਹ ਤਾਂ ਮੈਨੂੰ ਕਹਿੰਦਾ ਵੀ ਮੈਂ ਦੋ ਲਾ ਮਾ ਲਾ ਤੇਰੇ ਨਾਲ ਜੇ ਵਿਆਹ ਕਰਾਣਾ ਦੋ ਲਮਈਨਾ ਕਹਿੰਦੀ ਉਹਨੇ ਤਾਂ ਪੂਰੀ ਗੱਲ ਕਰ ਲਈ ਕਹਿੰਦੀ ਮੈਂ ਕਹਤਾ ਵੀ ਜੇ ਮੁੰਡਾ ਹੋ ਗਿਆ ਮੁੰਡਾ ਤਾਂ ਤੇਰਾ ਹੀ ਵੱਜੂ ਵੀ ਹੋਵੇ ਮੇਰੀ ਕੁੱਖ ਦਾ ਮੈਂ ਤਾਂ ਇੱਥੇ ਚੱਕੀ ਕੇ ਹਾਂ ਮੈਂ ਕਹਿੰਦੀ ਵਸ ਸਾਇ ਸਲੋਟੋ ਮੈਨੂੰ ਛੱਡ ਗਿਆ ਮੈਂ ਤਾਂ ਭਾਈ ਆਪਦੇ ਬਰਮ ਤੇ ਸਹੀਆਂ ਇੱਥੇ ਬੈਠੀਆਂ ਤੇਰੇ ਦਾਦੇ ਦਾਦੀ ਦੀ ਸੇਵਾ ਕਰ ਰਹੀਆਂ ਚੱਲ ਭਾਈ ਦਾਦੇ ਦਾਦੀ ਦੇ ਵੀ ਕੰਨ ਖੁੱਲ ਗਏ ਗੱਲ ਸੁਣ ਕੇ ਵੀ ਗੱਲ ਦਾ ਵਿੱਚ ਹੁਲ ਜਾਵਾ ਤਾਂ ਕੀ ਆ ਆਪਾਂ ਇਹਦੇ ਵਿਚਾਰੀ ਦੇ ਬਾਤ ਪੈਂਦੇ ਥਰੇ ਫਿਰਦੇ ਆ ਚੱਲ ਭਾਈ ਕੁੜੀਆਂ ਵੀ ਟੇਕਾ ਗਿੰਗਾ ਮੁੜ ਕੇ ਕੋ ਸੁਣਾਉ ਉਹਨੂੰ ਕਿਹਾ ਭਾਈ ਜਦੋਂ ਮੁੰਡਾ ਉਹ 10ਕ ਪੜ ਗਿਆ ਕਹਿੰਦਾ ਮੰਮੀ ਮੈਨੂੰ ਫਿਰ ਹੁਣ ਸਮਾਨ ਪਾ ਦੇ ਕਹਿੰਦਾ ਮੈਂ ਵੀ ਕਹਿੰਦਾ ਆਪਦੇ ਡੈਡੀ ਨੇ ਮੇਲੇ ਆ ਮਾਂ ਹੂੰ ਭਾਈ ਸਾਰਾ ਸਮਾਨ ਪਵਾ ਲਿਆ ਮੁੰਡੇ ਨੇ ਜਦੋਂ ਪਵਾ ਲਿਆ ਉਸੇ ਸ਼ਹਿਰ ਵਾਗ ਗਿਆ ਉਹ ਮੁੰਡਾ ਹੂੰ ਜਦੋਂ ਵਾਗ ਗਿਆ ਜਾ ਕੇ ਭਈ ਉਹਨੇ ਕਹਿਤਾ ਹੌਕਾ ਦਵਾਤਾ ਕਹਿੰਦਾ ਭਾਈ ਤੈਨ ਸੈਲ ਦਾ ਡੂਡ ਸੈਲ ਆਇਆ ਹੋਇਆ ਹੁਣ ਉਹ ਮੁਕਾਬਲਾ ਕਰੂਗਾ ਤਨਸੈਲ ਨਾਲ ਹੂੰ ਫੇ ਤਨਸੈਲ ਵੀ ਡਰ ਗਿਆ ਵੀ ਮੁਕਾਬਲਾ ਮੇਰੇ ਨਾਲ ਖਬਰਾ ਕੋਈ ਕਿਹਾ ਜਾ ਕਰੂਗਾ ਹੁਣ ਉਹਨੂੰ ਕੀ ਪਤਾ ਵੀ ਮਾਗਰ ਮੇਰੇ ਕਿਵੇਂ ਹੈ ਕੋਈ ਗੱਲ ਕਹਾਣੀ ਹੂੰ ਚੱਲ ਭਾਈ ਜਦੋਂ ਦਿਨੇ ਲਖੇ ਕੋਈ ਆਥਣੇ ਇੱਕ ਦਿਨ ਤਾਂ ਉਹਨੇ ਕਿਹਾ ਕਹਿੰਦਾ ਮੈਂ ਬੇਰ ਪੈਸੇ ਹਜਾਮਤ ਕਰੂੰਗਾ ਕੋਈ ਕਰਾਓ ਬਣ ਗਿਆ ਉਹ ਸਮਝਾ ਹੂੰ ਤੇ ਦਾੜੀਆਂ ਮੰਨਣ ਵਾਲਾ ਹੂੰ ਭਾਈ ਪੰਜ ਪੰਜ ਮੂਰੇ ਬਹਿ ਗਏ ਵੀ ਬਿਨ ਪੈਸੇ ਹਿਜਾਮਤ ਹੁੰਦੀ ਆ ਕਰਾ ਲੈਣਿਆ ਭਾਈ ਕਰਾ ਲਈ ਕਹਿੰਦਾ ਮੈਂ ਐ ਕਰੂੰ ਮਾਗ ਰੋਟਾ ਵਿੱਚ ਵੜਦਾ ਹੰਦਾ ਕਹਿੰਦਾ ਪੈਸਾ ਨਹੀਂ ਲੈਂਦਾ ਕੋਈ ਭਾਈ ਕਹਿੰਦੇ ਵੜ ਜਾਗੇ ਬਿਨ ਪੈਸੇ ਤੋਂ ਜਦੋਂ ਹਿਜਾਮਤ ਹੁੰਦੀ ਆ ਭਾਈ ਟਾਵ ਵਿੱਚੋਂ ਤਾਂ ਟਾਵ ਵਿੱਚ ਵੜ ਤੇ ਆਪ ਚੱਕੇ ਉਹਨਾਂ ਦੇ ਲੀੜੇ ਉਹਨਾਂ ਦੇ ਘਰਾਂ 'ਚ ਜਾ ਵੜਿਆ ਘਰਾਂ 'ਚ ਜਾ ਕੇ ਕਹਿੰਦਾ ਇੱਕ ਕਿਤਾਬ ਜੀ ਲੈ ਲਈ ਕਹਿੰਦਾ ਬੀਬੀ ਉਹ ਪੜਨੋਂ ਬਾਚਨ ਸਦ ਉਹ ਕਹਿੰਦੀ ਆ ਨੀ ਕਿ ਪੁੱਛਾ ਦੇਣ ਵਾਲਾ ਫਿਰਦਾ ਪਰ ਪੁੱਛਾ ਨਾ ਲੈ ਲਈ ਹੂੰ ਅਕਿ ਸੱਦ ਲੋਗਰੇ ਪੁੱਛਾ ਲੱਗੀ ਤੋ ਅੱਛਾ ਭਈ ਉਹਨਾਂ ਨੂੰ ਕਹਿੰਦਾ ਅੱਜ ਸੋਡੇ ਰਾਤ ਦੇ 9 ਵਜੇ ਪੂਤਾ ਆਉਣ ਲੱਗੀਆਂ ਡਲੇ ਕਰ ਲਿਓ ਇਕੱਠੇ ਕਹਿੰਦਾ ਡਲੀ ਡੈ ਜੋ ਹਾਣਾ ਕਰਿਓ ਹੋ ਨਾ ਕਰਿਓ ਅੱਛਾ ਭਈ ਉਹਨਾਂ ਨੇ ਤਾਂ ਉਹੀ ਕਰਿਆ ਘਰ ਵਾਲਿਆਂ ਨੇ ਤਾਂ ਡਲਿਆਂ ਦੇ ਲਾਲੇ ਢੇਰ ਕੋਲਿਆ ਨਾ ਲਗੀਆਂ ਡੜੇ ਚਲਾਉਣ ਹੁਣ ਉਹਨਾਂ ਕੋਲੇ ਜੇ ਲੀੜੇ ਹੁਣ ਤਾਂ ਤਾਂ ਵਿਚਾਰੇ ਉਹ ਟਾਈਮ ਨਾਲ ਨਿਕਲ ਕੇ ਆ ਜਾਣ ਉਹ ਨੰਗੇ ਕਿਹੜੇ ਸਾਹਬ ਨਾ ਹੁਣ ਉਹਨਾਂ ਤਾਂ ਨੇਰਾ ਕਰਕੇ ਆਈ ਉਹੀ 8-9 ਵਜਾ ਕੇ ਜਦੋਂ ਭਈ ਡੜੀ ਡੇਹ ਗਈਆਂ ਉਹ ਕਹਿੰਦਾ ਨਹੀਂ ਅਸੀਂ ਛੋਡੇ ਘਰਾਂ ਵਾਲਿਆ ਨਹੀਂ ਘਰਾਂ ਵਾਲਿਆ ਕਹਿੰਨ ਸਾਨੂੰ ਤਾਂ ਇੱਕ ਕਿ ਮੁੰਡਾ じゃ ਕਹਿ ਗਿਆ ਪਾਂਡਾ ਬਣਿਆ ਵਾ ਤੀ ਪਾਂਡਾ ਤੀ ਹਮ ਅਕੇ ਅੱਜ ਛੋਡੇ ਪੁੱਤਾਂ ਆਵਣਗੇ ਅਕੇ ਸੀ ਤਾਂ ਤਾਂਡ ਵਾਲੇ ਲੱਗੀਆਂ ਮਾਰਨ ਕਹਿੰਦੇ ਬੜਾ ਲੋੜਾ ਜਾਂ ਫਿਰ ਤਾਂ ਕਹਿੰਦੇ ਉਹੀ ਗੰਦਾਤੀ ਆਪਾਂ ਨੂੰ ਨਹੀਂ ਪਤਾ ਲੱਗਿਆ ਚਲ ਭਾਈ ਫੇਰ ਟਿਕ ਗਏ ਫੇਰ ਦੋ ਚਾਰ ਦਿਨ ਲਖੇ ਭਾਈ ਰਾਜਾ ਕਹਿੰਦਾ ਰਾਜੇ ਦਾ ਅੱਗੇ ਆਹੀ ਜੀ ਹੁਕਮ ਹੁੰਦੇ ਕਹਿੰਦਾ ਆਇਆ ਕਰਿਓ ਕਹਿੰਦਾ ਇੱਧਰ ਖੜਜੋ ਬੰਦਾ ਫੈਰੇ ਤੇ ਇੱਧਰ ਖੜਜੋ ਕਹਿੰਦਾ ਇੱਥੇ ਪੈਸੇ ਖੰਡਿਆ ਦੇ ਕਹਿੰਦਾ ਅੱਛਾ ਵੀ ਇੱਥੋਂ ਦੀ ਰਾਜੇ ਦਾ ਹੁਕਮ ਨਹੀਂ ਲਖਣ ਤੂੰ ਕਿਸੇ ਨੂੰ ਦਿੱਤਾ ਰਾਜੀ ਨਹੀਂ ਭਾਈ ਉਹ ਤਾਂ ਜਦੋਂ ਦਿਨੇ ਤਾਂ ਹੋ ਇਹੀ ਕੰਮਾ ਤੇ ਤੀ ਦੇਖਦਾ ਸੀ ਕਿਵੇਂ ਕੋਈ ਗੱਲ ਬਣੂ ਕੀ ਕਰਾਂਗੇ ਭਈ ਆਥਣੇ ਉਹਨੇ ਤਾਂ ਥਾਲੀ ਚ ਨਾ ਤਾਂ ਤਰ ਲੀਆਂ ਸਵਾਹ ਦੀਆਂ ਫਿੰਡੀਆਂ ਜੀਆਂ ਬਣਾ ਕੇ ਨਾਲੇ ਪਾਣੀ ਦਾ ਕੁਜਾ ਛੋਟੇ ਛੋਟੇ ਕੁਜਜੇ ਹੁੰਦੇ ਅੱਗੇ ਇਹ ਨਾਲੇ ਵਿੱਚ ਉਹਦੇ ਆਲਮ ਗਲਮ ਧਰ ਕੇ ਤੁਰ ਪਿਆ ਲਕੋ ਕੇ ਪਾ ਕੇ ਬੁੜੀਆਂ ਵਾਲਾ ਲਿੰਡਾ ਕੱਪੜਾ ਹਮ ਹਟ ਮਾਈ ਹਟਾ ਪੈਰੇ ਵਾਲਾ ਕਹਿੰਦਾ ਵੇ ਪੁੱਤ ਮੇਰਾ ਤਾਂ ਪੋਤਾ ਸਹ ਹਤੇ ਪਏ ਮੈਂ ਤਾਂ ਇੱਧਰ ਕਲਰ ਚ ਪਾਣੀ ਪਾ ਕੇ ਆਉਣਾ ਹਮ ਮੈਨੂੰ ਲੰਘ ਜਾਣ ਦਿਓ ਯੇ ਮਾਈ ਕੋਡੀ ਹੋ ਕੇ ਕੋਈ ਸੱਚਕੇਂਗੀ ਜਾਂ ਸੀਤਾਰਾ ਫਲ ਮਾਰਾਂਗੇ ਰਾਜੇ ਦਾ ਹੁਕਮ ਹੈ ਵੇ ਪੁੱਤ ਮੈਂ ਹੀ ਨਹੀਂ ਕੋਈ ਚੱਕਰੀ ਛੋਡਾ ਬਿਛੱਕਰੀ ਮਾਰੀ ਮੇਰੀ ਭਈ ਲੰਘੀ ਲੰਘ ਕੇ ਪਰੇ ਕਲਰ ਚ ਮੱਥਾ ਟੇਕ ਕੇ ਕੁਛ ਤਾਂ ਜਾਂਦਾ ਲੁੱਕ ਲਾ ਕੇ ਲੈ ਗਏ ਪੈਰਾਂ ਨੂੰ ਪੈਸੇ ਉੱਧਰ ਜਾ ਕੇ ਲਾ ਲੇ ਕੁਛ ਪਈ ਆਉਂਦੇ ਨੇ ਲਾਲ ਲਾ ਲੇ ਤੜਤੇ ਨੂੰ ਫੇਰ ਚਾਕਣ ਕਹਿੰਦੇ ਤੁਸੀਂ ਦੋ ਪੈਰੇਦਾਰ ਤੇ ਵੀ ਆਹ ਕੀ ਗੱਲ ਹੈ ਕਹਿੰਦੇ ਹੋਰ ਤਾਂ ਕੋਈ ਨਹੀਂ ਆਇਆ ਇੱਕ ਬੁੜੀ ਆਈ ਸੀ ਕਹਿੰਦੀ ਐ ਮੇਰਾ ਪੁੱਤ ਤਾਂ ਸਾਹ ਹਾਤੀ ਪਿਆ ਮੈਂ ਤਾਂ ਉਹਦੀ ਖਾਤਰ ਉਧਰ ਕਲਰ ਚ ਪਾਣੀ ਪਾ ਕੇ ਆਉਣਾ ਮਾਈ ਦਾ ਇੱਕ ਦਿਨ ਤਾਂ ਰੋਕੀ ਵੀ ਜਾ ਨਾ ਦੂਜਾ ਕਹਿੰਦਾ ਚੱਲ ਜਾਰ ਲੰਗ ਜਾਣ ਦੇ ਕੀ ਆਪਾਂ ਨੂੰ ਕੀ ਕਹਿੰਦੀ ਐ ਵਿਚਾਰੀ ਹਾਂ ਚੱਲ ਅਕੇ ਬੜਾ ਫੇਰ ਤਾਂ ਉਹੀ ਸੀ ਤੜਕੇ ਨੂੰ ਫੇਰ ਕਹਿੰਦੀ ਉਹੀ ਸੀ ਚੱਲ ਭਾਈ ਫੇਰ ਉਹ ਕੁੜੀ ਬਣ ਕੇ ਕੁੱਲੀਆਂ ਵਾਲਿਆਂ ਦੇ ਲਵੇ ਜੇ ਵੇਗੀ ਜਾ ਕੇ ਵੀ ਕੁੜੀ ਆਈ ਹੋਇ ਯਹ ਜੇ ਕਿਸੇ ਨੇ ਕੰਮਦੰਦਾ ਕਰਾਉਣਾ ਫੇਈ ਕਰਾ ਸਕਦੀ ਹਮ ਆਈ ਰਾਜਾ ਰਾਜਾ ਤਾਂ ਫਿਰ ਲਿਆ ਖੜਾ ਰਾਜਾ ਕਹਿੰਦਾ ਐ ਕਰੋ ਆਪਣੇ ਘੋੜਿਆਂ ਨੂੰ ਦਾਣਾ ਨਹੀਂ ਹੈਗਾ ਤੇ ਦਾਣਾ ਕੁੜੀ ਨੂੰ ਛੱਦ ਲਿਆ ਦਾਣਾ ਧਲਾਉ ਹਮ ਫੇਈ ਵਜੀਰ ਕਹਿੰਦੇ ਕੋਈ ਨਹੀਂ ਛੱਦ ਲਿਆ ਆਖਦਾ ਕੇ ਕਹਿੰਦੇ ਵੀ ਭਾਈ ਤੂੰ ਦਾਣਾ ਧਾਲ ਸਕਦੀ ਐ ਕਹਿੰਦੀ ਹਾਂ ਜੀ ਮੈਂ ਦਾਣਾ ਧਲੂ ਪਰ ਹੂੰ ਮੈਂ ਮੇਰੇ ਕੋਲੇ ਖੜਿਓ ਮੈਂ ਕੱਲੀ ਨਹੀਂ ਖੜਦੀ ਛੋਟਿਆ ਸੱਚਾ ਕੀ 알파 ਇਹ ਕਹਿੰਦੇ ਖੜ ਜਾਗੇ ਭਾਈ ਵਜੀਰਾ ਫਾ ਲੈ ਕੇ ਖੜ ਗਿਆ ਆਪ ਹੋ ਹੁਣ ਗਲੀ ਗਲਾ ਪਾਵੇ ਮੁੰਡਾ ਉਹ ਤਾਂ ਮੁੰਡਾ ਕੁੜੀ ਬਣੀ ਵੀ ਅੱਛਾ ਕਹਿੰਦਾ ਫੋਟ ਜਾਏ ਖਾਣਾ ਦਾਦੇ ਮਂਗਾਉਣਾ ਚੁੰਡੀਆਂ ਲੜਦਾ ਭਾਈ ਫੇਰ ਜਦੋਂ ਗਲਾ ਪਾਵੇ ਫੇਰ ਕਹਿੰਦੇ ਫੋਟ ਜਾਏ ਖਾਣਾ ਦਾਦੇ ਮਂਗਾਉਣਾ ਮੇਰੇ ਤਾਂ ਜੀ ਚੁੰਡੀਆਂ ਵੜਦਾ ਹੂੰ ਉਹ ਕਹਿੰਦੇ ਭਾਈ ਹੈ ਤਾਂ ਕੋਈ ਨਹੀਂ ਵੀ ਮੈਂ ਰਫਾ ਲੇਖੜਾ ਇੱਥੇ ਤਾਂ ਕੋਈ ਜੀ ਨਹੀਂ ਹੋਰ ਤੇਰੇ ਚੁੰਡੀਆਂ ਹੈ ਕੌਣ ਵੜਦਾ ਨਾ ਜੀ ਭਾਈ ਉਹ ਰਾਜੇ ਨੂੰ ਕਹਿੰਦਾ ਵੀ ਰਾਜਾ ਕੁੜੀ ਤਾਂ ਫਸੇ ਦਾਣਾ ਪੀ ਨਹੀਂ ਸਕਦੀ ਕੋਈ ਕੁੜੀ ਦੇ ਤਾਂ ਚੁੰਡੀਆਂ ਵੜਦਾ ਹੂੰ ਕਹਿੰਦਾ ਭਾਈ ਤੂੰ ਉੱਠ ਮਾਇ ਗੇੜਾ ਦੇ ਮਾਂ ਚੱਕੀ ਨੂੰ ਜਦੋਂ ਭਾਈ ਚੱਕੀ ਨੂੰ ਗੇੜਾ ਦੇਤਾ ਕਹਿੰਦਾ ਇੰਨਾ ਹੀ ਘੋਣਾਤੀ ਤੈਥੋਂ ਅੱਛਾ ਭਾਈ ਭੱਜ ਕੇ ਤਾਂ ਪੁੱਤ ਚਿਮਟਿਆ ਭੱਜ ਕੇ ਪਿਓ ਚਿਮਟਿਆ ਆਪਦੀ ਗਲਤੀ ਮੰਨੀ ਪਿਓ ਨੇ ਕਹਿੰਦਾ ਕਿ ਵੀ ਇੰਨੀਆਂ ਬੇਵਤਾਂ ਨਾਲ ਤਾਂ ਆਪਣਾ ਮੇਲ ਹੋਇਆ ਪਿਓ ਪੁੱਤ ਦਾ ਭਾਈ ਉੱਥੋਂ ਕੀ ਕਰਿਆ ਫੇਰ ਕਹਿੰਦਾ ਤੇਰੀ ਬੀਬੀ ਨੂੰ ਲਿਆ ਭਾਈ ਮੇਰੀ ਗਲਤੀ ਆ ਠੀਕ ਐ ਮੈਂ ਮੰਨਦਾ ਜੇ ਮੈਂ ਕਿਹਾ ਉਹ ਵਿਚਾਰੀ ਜੱਟ ਦੀ ਤੀ ਤੀ ਮੈਂ ਰਾਜੇ ਦਾ ਪੁੱਤ ਤੀ ਮੈਂ ਉੱਚੇ ਜੋੜਾਂ ਚ ਤੀ ਮੈਂ ਉਹਦੇ ਨਾਲ ਇੰਨੀਆਂ ਕਰਤੀਆਂ ਤੇ ਹੁਣ ਭਾਈ ਤੂੰ ਆਦੀ ਮਾਂ ਨੂੰ ਲਿਆਵਰੇ ਕਹਨਾਂ ਹੀ ਨਹੀਂ ਮੇਰੀ ਮਾਂ ਦੀ ਕਨਾ ਹੁਣ ਤਾਂ ਚੰਨੇ ਸਾਰਾ ਪਤਾ ਲੱਗ ਗਿਆ ਜੇ ਮੇਰੀ ਮਾਂ ਨੂੰ ਤੂੰ ਲਿਆਵੇਂਗਾ ਤਾਂ ਮੇਰੀ ਮਾਂ ਨਹੀਂ ਮੇਰੀ ਮਾਂ ਨਹੀਂ ਆਉਂਦੀ ਭਾਈ ਉੱਥੋਂ ਗੱਡੀ ਕਰਾ ਕੇ ਫਿਰ ਨਾ ਉਹਦੀ ਮਾਂ ਨੂੰ ਲਗਿਆ ਨਾ ਆਪਦੀ ਮਾਂ ਪਿਆ ਨੂੰ ਲੈ ਗਿਆ ਦੋ ਥਾਮਾ ਦਾ ਮੁੰਡਾ ਰਾਜ ਦਾ ਮਾਲਕ ਬਣ ਗਿਆ ਐਡੀ ਭਾਈ ਮੇਰੀ ਬਾਤ ਉੱਤੋਂ ਪੇਗਿਆ ਤਾਂ ਨਵਾਜ਼ਿ ਸ਼ਰਾ ਦਾ